ਹੈਲੋ। ਬਿਲਕੁਲ ਜੀ, ਹਿੰਦੂ ਜੱਟ ਬੋਲਦਾ। ਮੈਂ ਨਾ ਤੁਹਾਡੀ ਗੱਲਾਂ ਦਾ ਫਾਲਤੂ ਜਵਾਬ ਨਹੀਂ ਦੇਣਾ। ਤੁਸੀਂ ਦੱਸੋ, ਕੰਮ ਦੱਸੋ, ਤੁਸੀਂ ਕੌਣ ਹੋ? ਨਹੀਂ, ਪਿਆਰ ਪੂਰ ਨਾਲ ਮੈਂ ਗੱਲ ਹੀ ਨਹੀਂ ਕਰਦਾ ਕਿਸੇ ਨਾਲ। ਪਿਆਰ ਵਾਲਾ ਬੰਦਾ ਹੀ ਨਹੀਂ ਮੈਂ ਹੈਗਾ। ਉਹ ਨਹੀਂ, ਮੈਂ ਪਿਆਰ ਨਾਲ ਗੱਲਾਂ ਨਹੀਂ ਕਰਦਾ ਹੁੰਦਾ। ਤੂੰ ਕੰਮ ਦੱਸ, ਮੈਨੂੰ ਫੋਨ ਕਿਉਂ ਮਾਰਿਆ? ਉਹ ਚੱਲ, ਮੈਂ ਜੇ ਹਿੰਦੂ ਹਾਂ ਤਾਂ ਜੱਟ ਮੈਂ ਹੈਗਾ ਹੀ ਹਾਂ। ਛੱਡ ਤੂੰ ਇਸ ਚੀਜ਼ ਨੂੰ, ਤੂੰ ਕੰਮ ਦੱਸ। ਤੇ ਸ਼ੇਰ ਹੀ ਆ ਅਮੀਤ ਅਰੋੜਾ, ਚਿੰਤਾ ਨਾ ਕਰ, ਤੂੰ ਸ਼ੇਰ ਆ ਅਮੀਤ ਅਰੋੜਾ। ਚੱਲ ਠੀਕ ਆ, ਤੂੰ ਵਿਹਲਾ, ਫੋਨ ਕੱਟ। ਕੀ ਵੱਜਣੀ ਆ? ਓ ਓ, ਤੁਸੀਂ ਬਾਂਟਿਆਂ ਨਾਲ ਖੇਡਣ ਵਾਲੇ ਬੰਦੇ ਹੋ, ਸਮਝ ਗਿਆ। ਹਾਂ, ਤੂੰ ਬਾਂਟੇ ਬਾਂਟੇ ਨਾਲ ਖੇਡਣ ਵਾਲੇ ਬੰਦੇ ਹੋ ਤੁਸੀਂ। ਤੇਰੇ ਲਫੇੜੇ ਬਹੁਤ ਪੈਣੇ, ਬਕਵਾਸ ਕੀਤੀ, ਸਮਝ ਗਿਆ। ਤੂੰ ਸਾਲਾ ਕੀ ਹੈ? ਸਾਲਾ ਲੱਗਾ, ਤੂੰ ਕੀ ਹੈ? ਤੇਰੇ ਵਰਗੇ ਬਹੁਤ ਦੇਖੇ ਸਾਲੇ। ਪਿੱਠ ਪਿੱਛੇ ਤੁਸੀਂ ਧਮਕੀਆਂ ਦਿੰਦੇ ਹੋ, ਸਾਲੇ ਸਾਹਮਣੇ ਆਉਂਦਾ ਤੁਹਾਡੇ ਦਮ ਨਹੀਂ ਹੈਗਾ, ਪਿੱਠ ਪਿੱਛੇ ਧਮਕੀਆਂ ਦਿੰਦੇ ਹੋ। ਹਾਂ, ਸਾਹਮਣੇ ਆ ਫਿਰ ਤੇ ਦੱਸਾਂ, ਜਦ ਪਿਓ ਦਾ ਜੰਮਿਆ ਤੇ ਆਪਣੇ ਦੂਜੇ ਸਿੱਧੇ ਨੰਬਰ ਤੋਂ ਫੋਨ ਮਾਰ, ਤੈਨੂੰ ਦੇਖਾਂ ਮੈਂ, ਤੂੰ ਕੌਣ, ਕਿਹੜਾ ਕਿਹੜਾ ਫੰਨੇ ਖਾਵੈਂ। ਤੂੰ ਸਿੱਧੇ ਨੰਬਰ ਤੋਂ ਫੋਨ ਕਰਨਾ, ਤੈਨੂੰ ਦੇਖਾਂ ਤੂੰ ਕਿੰਨਾ ਵੱਡਾ ਫੰਨੇ ਖਾ। ਸਰ ਹਾਂ, ਕੌਣ ਹੈ? ਉਹ ਕੌਣ ਹੁੰਦੇ ਆ ਸਾਲਿਆ? ਤੇਰੇ ਵਰਗੇ ਦੇਖੇ ਮੈਂ, ਸਮਝ ਗਿਆ। ਇਹ ਸਾਹਮਣੇ ਸ਼ੇਰ ਹੀ, ਸਮਝ ਗਿਆ। ਤੇਰੇ ਵਰਗੇ ਬਹੁਤ ਦੇਖੇ, ਫਾਲਤੂ ਬਕਵਾਸ ਨਹੀਂ ਕਰਨੀ, ਦਮ ਰੱਖ, ਸਿੱਧਾ ਸਾਹਮਣੇ ਆ, ਤੈਨੂੰ ਫਿਰ ਦੱਸਾਂ ਮੈਂ ਕੀ ਆ। ਲੱਗਾ ਤੂੰ ਇੱਥੇ, ਚੱਲ ਫੋਨ ਕੱਟ ਵਿਹਲੜ ਜਾ। ਹੈਲੋ, ਹਾਂਜੀ, ਅਮਿਤ ਅਰੋੜਾ ਬੋਲ ਰਿਹਾ ਜੀ। ਕੌਣ ਕੌਣ ਅੱਛਾ ਜੀ, ਤੁਸੀਂ ਕੌਣ? ਤੂੰ ਇੰਨਾ ਸ਼ੇਰ ਨਹੀਂ ਜੰਮਿਆ ਹਲੇ। ਫਾਲਤੂ ਬਕਵਾਸ ਨਹੀਂ ਕਰਨੀ, ਫਾਲਤੂ ਬਕਵਾਸ ਨਹੀਂ ਕਰਨੀ, ਫਾਲਤੂ ਬਕਵਾਸ ਨਹੀਂ ਕਰਨੀ। ਫਾਲਤੂ ਬਕਵਾਸ ਨਹੀਂ ਕਰਨੀ, ਤੈਨੂੰ ਕਿਹਾ, ਸਮਝ ਗਿਆ ਨਾ। ਤੇਰੇ ਵਰਗੇ ਬਹੁਤ ਦੇ ਤੇਰੇ ਵਰਗੇ ਬਹੁਤ ਦੇਖੇ ਆ। ਚੱਲ ਫੋਨ ਕੱਟ ਵਿਹਲਾ। ਹਾਂ।
ਹਾਂ ਵੱਡਾ ਤੂੰ ਇੱਥੇ ਵੱਡਾ ਡੀ ਸੀ ਲੱਗਾ ਇੱਥੇ ਤੂੰ ਹੈ ਨਾ ਫਾਲਤੂ ਬਕਵਾਸ ਨਹੀਂ ਕਰਨੀ ਕੀ ਚੱਲ ਚੱਲ।